ਨੇ ਕਰਿਆ ਟਰੈਕਟਰ ਤੇ ਆਪ ਦੋਵਾਂ ਬੇਟਾ ਨੇ ਕਰਿਆ ਜੀ ਗੁਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਹਾਂਜੀ ਖੇਤੀਬਾੜੀ ਵੀ ਕਰਾਉਂਦੇ ਆ ਮੇਰੇ ਨਾਲ ਪੜ੍ਹਾਈ ਵੀ ਕਰਦੇ ਆ ਪਲੱਸ ਟੂ ਵੀ ਪੜ੍ਹਦੇ ਆ ਅਤੇ ਵਿਹਲੇ ਟਾਈਮ ਬੜੀ ਮਾਣ ਵਾਲੀ ਗੱਲ ਹੈ ਜੀ ਫੋਨ ਆਉਂਦੇ ਰੋਜ਼ਾਨਾ ਦੇ ਪੰਪ ਦਸ NRI ਬੰਦਿਆਂ ਦੇ ਆਟੋ ਦਾ ਇੰਜਨ ਹੈ ਜੀ 7.5 HP ਦਾ ਲਾਇਆ ਬਾਕੀ ਛੋ ਛੂ ਮਗਰਾਟ ਇਹ ਅਸੀਂ ਆਪਣੇ ਤਿਆਰ ਕੀਤੇ ਸ਼ੌਂਕ ਇਹ ਬਚਪਨ ਤੋਂ ਸੀਗਾ ਜੀ ਵੀ ਛੋਟੇ ਟਰੈਕਟਰ ਤਿਆਰ ਕਰਦੇ ਸੀਗੇ ਚੱਲਣ ਵਾਲੇ ਉਹ 'ਚ ਜਿਵੇਂ ਆਪਾਂ ਵੱਡੇ ਟਰੈਕਟਰ ਦੇ ਚੀਜ਼ਾਂ ਆਉਂਦੀਆਂ ਉਹ ਸਾਰੀਆਂ ਚੀਜ਼ਾਂ ਉਹ 'ਚ ਫੰਕਸ਼ਨ ਆਪਾਂ ਲਾਉਂਦੇ ਸੀਗੇ ਅਤੇ ਮੁੜ ਕੇ ਥੋੜ੍ਹਾ ਸ਼ੌਂਕ ਹੈ ਥੋੜ੍ਹਾ ਵੱਡਾ ਬਣਾਈਏ ਜਿਹੜਾ ਵਧੀਆ ਕੰਮ ਕਰੇ ਪੱਠੇ ਲਿਆਉਣੇ ਵੱਢਣੇ ਆਉਣੇ ਅਤੇ ਕੋਈ ਖੇਤ ਬੀਜ ਬੂ ਲੈ ਕੇ ਰੇਹੂ ਲੈ ਕੇ ਜਾਣੀ ਕੋਈ ਸੁਹਾਗਾ ਮਾਰਨਾ ਹੋਵੇ ਅਤੇ ਸਾਰੇ ਕੰਮ ਕਰਦਾ ਅਤੇ 30 ਤੋਂ 35 ਦੀ ਏਜ ਬਹੁਤ ਵਧੀਆ ਲੱਗਦਾ ਲੋਕ ਦੇਖਦੇ ਆ ਜੋ ਲੰਘਦੇ ਟੱਪਦੇ ਰੋਕ ਕੇ ਫੋਟੋ ਫੱਟ ਖਿਚਾਉਂਦੇ ਆ ਅਗਲੇ ਪੁੱਛਦੇ ਆ ਬਈ ਕਿਵੇਂ ਬਣਾਇਆ ਕਿੱਥੋਂ ਬੇਟੇ ਨੇ ਕਰਿਆ ਟਰੈਕਟਰ ਤੇ ਆਪ ਦੋਵਾਂ ਬੇਟਾ ਨੇ ਕਰਿਆ ਜੀ ਗੁਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਹਾਂਜੀ ਖੇਤੀਬਾੜੀ ਵੀ ਕਰਾਉਂਦੇ ਆ ਮੇਰੇ ਨਾਲ ਪੜ੍ਹਾਈ ਵੀ ਕਰਦੇ ਆ ਪਲੱਸ ਟੂ ਵੀ ਪੜ੍ਹਦੇ ਆ ਅਤੇ ਵਿਹਲੇ ਟਾਈਮ ਬੜੀ ਮਾਣ ਵਾਲੀ ਗੱਲ ਹੈ ਜੀ ਫੋਨ ਆਉਂਦੇ ਰੋਜ਼ਾਨਾ ਦੇ ਪੰਪ ਦਸ NRI ਬੰਦਿਆਂ ਦੇ ਆਟੋ ਦਾ ਇੰਜਨ ਹੈ ਜੀ 7.5 HP ਦਾ ਲਾਇਆ ਬਾਕੀ ਛੋ ਛੂ ਮਗਰਾਟ ਇਹ ਅਸੀਂ ਆਪਣੇ ਤਿਆਰ ਕੀਤੇ ਸ਼ੌਂਕ ਇਹ ਬਚਪਨ ਤੋਂ ਸੀਗਾ ਜੀ ਵੀ ਛੋਟੇ ਟਰੈਕਟਰ ਤਿਆਰ ਕਰਦੇ ਸੀਗੇ ਚੱਲਣ ਵਾਲੇ ਉਹ 'ਚ ਜਿਵੇਂ ਆਪਾਂ ਵੱਡੇ ਟਰੈਕਟਰ ਦੇ ਚੀਜ਼ਾਂ ਆਉਂਦੀਆਂ ਉਹ ਸਾਰੀਆਂ ਚੀਜ਼ਾਂ ਉਹ 'ਚ ਫੰਕਸ਼ਨ ਆਪਾਂ ਲਾਉਂਦੇ ਸੀਗੇ ਅਤੇ ਮੁੜ ਕੇ ਥੋੜ੍ਹਾ ਸ਼ੌਂਕ ਹੈ ਥੋੜ੍ਹਾ ਵੱਡਾ ਬਣਾਈਏ ਜਿਹੜਾ ਵਧੀਆ ਕੰਮ ਕਰੇ ਪੱਠੇ ਲਿਆਉਣੇ ਵੱਢਣੇ ਆਉਣੇ ਅਤੇ ਕੋਈ ਖੇਤ ਬੀਜ ਬੂ ਲੈ ਕੇ ਰੇਹੂ ਲੈ ਕੇ ਜਾਣੀ ਕੋਈ ਸੁਹਾਗਾ ਮਾਰਨਾ ਹੋਵੇ ਅਤੇ ਸਾਰੇ ਕੰਮ ਕਰਦਾ ਅਤੇ 30 ਤੋਂ 35 ਦੀ ਏਜ ਬਹੁਤ ਵਧੀਆ ਲੱਗਦਾ ਲੋਕ ਦੇਖਦੇ ਆ ਜੋ ਲੰਘਦੇ ਟੱਪਦੇ ਰੋਕ ਕੇ ਫੋਟੋ ਫੱਟ ਖਿਚਾਉਂਦੇ ਆ ਅਗਲੇ ਪੁੱਛਦੇ ਆ ਬਈ ਕਿਵੇਂ ਬਣਾਇਆ ਕਿੱਥੋਂ